ਸਤਿ ਸ਼੍ਰੀ ਅਕਾਲ ਦੋਸਤੋ, ਟਰਬਨ ਕਿੰਗ ਪ੍ਰਦੀਪ ਗਹਿਲ ਯੂਟਿਊਬ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੋ ਅੱਜ ਅਸੀਂ ਲੈ ਕੇ ਆਏ 5.5 ਮੀਟਰ ਵੱਟਾਂ ਵਾਲੀ ਫ੍ਰੀ ਸਟਾਈਲ ਜੋ ਕਿ ਗੋਲ ਪੱਗ ਦੀ ਵੀਡੀਓ। ਸੋ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਲਾਈਕ, ਸ਼ੇਅਰ, ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਵੀਰਾਂ ਤੱਕ ਇਹ ਵੀਡੀਓ ਪਹੁੰਚ ਜਾਵੇ। ਸੋ ਪਹਿਲੇ ਲੜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਆਪਾਂ ਹਲਕਾ ਹਲਕਾ ਉੱਪਰ ਜੋ ਕਿ ਪਤਲਾ ਪੱਲਾ ਹੁੰਦਾ ਹੈ ਉਸ ਦੇ ਵਿੱਚ ਪਿੰਚ ਕਰਕੇ ਇਸ ਤਰੀਕੇ ਨਾਲ ਆਪਾਂ ਵੱਟ ਪਾਵਾਂਗੇ। ਔਰ ਵੱਟ ਪਾਉਣ ਦੇ ਟਾਈਮ ਔਰ ਪੱਗ ਬੰਨ੍ਹਦੇ ਟਾਈਮ ਇੱਕ ਗੱਲ ਜ਼ਰੂਰ ਧਿਆਨ ਵਿੱਚ ਰੱਖੀ ਜਾਵੇ ਕਿ ਜੋ ਦੋ ਪਤਲੇ ਪੱਲੇ ਹੁੰਦੇ ਹਨ ਪੱਗ ਦੇ ਉਹ ਥੱਲੇ ਵਾਲੀ ਸਾਈਡ ਹੀ ਰੱਖੇ ਜਾਣ। ਇਸ ਤੋਂ ਇਲਾਵਾ ਪੱਗ ਵੱਟਾਂ ਵਾਲੀ ਪੱਗ ਦੀ ਜੋ ਕਿ ਸਪੈਸ਼ਲ ਪੂਣੀ ਆ ਉਸ ਦੀ ਵੀਡੀਓ ਤੁਸੀਂ ਸਾਡੇ ਚੈਨਲ 'ਤੇ ਜਾ ਕੇ ਜਾਂ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਇੱਧਰਲੀ ਸਾਈਡ ਸਾਰੀ ਜੋ ਕਿ ਪੂਣੀ ਦੀ ਜਿੰਨੀ ਚੜਾਈ ਹੁੰਦੀ ਹੈ ਥੱਲੇ ਤੱਕ ਪੂਣੀ ਖੋਲ੍ਹਾਂਗੇ ਔਰ ਫਿਰ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਨਾਲ ਆਪਾਂ ਥੱਲਿਓਂ ਉੱਪਰਲੀ ਸਾਈਡ ਨੂੰ ਕੱਪੜਾ ਚੱਕਦੇ ਹੋਏ ਇਕੱਠਾ ਕਰਾਂਗੇ ਔਰ ਆਪਣੇ ਆਪ ਜੋ ਕਿ ਵੱਟ ਆ ਕੇ ਬਣਦੇ ਜਾਣਗੇ। ਔਰ ਜੇਕਰ ਤੁਸੀਂ ਹੋਰ ਜ਼ਿਆਦਾ ਵੱਟ ਪਾਉਣਾ ਚਾਹੁੰਦੇ ਹੋ ਤਾਂ ਪਿੰਚ ਕਰਕੇ ਇਸ ਤਰੀਕੇ ਦੇ ਨਾਲ ਜੋ ਕਿ ਵੱਟ ਪਾ ਸਕਦੇ ਹੋ। ਔਰ ਪੱਗ ਦੀ ਸ਼ੇਪ ਦੇ ਵਿੱਚ ਜੇਕਰ ਤੁਸੀਂ ਮੇਨ ਗੱਲ ਧਿਆਨ ਵਿੱਚ ਰੱਖਣੀ ਆ ਕਿ ਜੋ ਪਹਿਲੇ ਅਤੇ ਦੂਸਰੇ ਲੜ ਦੇ ਵਿੱਚ ਗੈਪ ਆ ਉਹ ਥੋੜ੍ਹਾ ਜਿਹਾ ਘੱਟ ਰੱਖਣਾ ਤਾਂ ਕਿ ਪੱਗ ਦੀ ਸ਼ੇਪ ਗਲਾਈ ਦੇ ਵਿੱਚ ਬਣੇਗੀ। ਔਰ ਲੜ ਲਾਉਣ ਦੇ ਟਾਈਮ ਥੱਲੇ ਵਾਲਾ ਹਿੱਸਾ ਜੋ ਉਹ ਟਾਈਟ ਰੱਖਾਂਗੇ ਔਰ ਉੱਪਰਲੀ ਸਾਈਡ ਤੋਂ ਪੱਗ ਦਾ ਲਾੜਾ ਜੋ ਬਾਹਰਲੀ ਸਾਈਡ ਨੂੰ ਰਹੇਗਾ। ਇੱਧਰਲੀ ਸਾਈਡ ਫਿਰ ਤੁਸੀਂ ਦੇਖ ਰਹੇ ਹੋ ਕਿ ਥੱਲੇ ਤੱਕ ਪੂਣੀ ਖੋਲ੍ਹ ਕੇ ਔਰ ਫਿਰ ਉਹੀ ਤਰੀਕਾ ਜੋ ਕਿ ਆਪਾਂ ਪਹਿਲਾਂ ਵੀ ਵਰਤਦੇ ਹਾਂ। ਔਰ ਸਿਰਫ ਪੂਣੀ ਨੂੰ ਜੋ ਕਿ ਇਕੱਠਾ ਕਰਨਾ ਹੈ, ਇਕੱਠਾ ਕਰਨ ਦੇ ਨਾਲ ਆਟੋਮੈਟਿਕਲੀ ਜਿਹੜੇ ਕਿ ਵੱਟ ਆ ਕੇ ਉਹ ਪੈ ਜਾਣਗੇ ਔਰ ਤੁਸੀਂ ਲੜ ਅਗਲਾ ਲਗਾ ਚੁੱਕੇ। ਹੁਣ ਤੁਸੀਂ ਦੇਖ ਸਕਦੇ ਹੋ ਕਿ ਉੱਪਰਲੀ ਸਾਈਡ ਤੋਂ ਜੋ ਕਿ ਆਪਾਂ ਪੱਗ ਇੱਧਰੋਂ ਜ਼ਿਆਦਾ ਲੜ ਉੱਤੇ ਨਹੀਂ ਲੈ ਕੇ ਜਾਵਾਂਗੇ ਅਤੇ ਉੱਪਰਲੀ ਸਾਈਡ ਜੋ ਕਿ ਲੜਦੀ ਹੈ ਉਹ ਬਾਹਰਲੀ ਸਾਈਡ ਰੱਖਾਂਗੇ ਤਾਂ ਕਿ ਵਧੀਆ ਸ਼ੇਪ ਜੋ ਕਿ ਪੱਗ ਦੀ ਬਣ ਜਾਵੇ। ਇਸ ਤੋਂ ਇਲਾਵਾ ਫ੍ਰੀ ਸਟਾਈਲ ਵੱਟਾਂ ਵਾਲੀ ਪੱਗ ਦੇ ਵਿੱਚ ਜੋ ਕਿ ਪੱਗ ਦੀ ਨੋਕ ਆ ਉਹ ਜ਼ਿਆਦਾ ਨਹੀਂ ਬਣਾਉਂਦੇ ਆਪਾਂ ਔਰ ਹਲਕਾ ਹਲਕਾ ਨਾਲ ਦੀ ਨਾਲ ਹੀ ਜੋ ਕਿ ਪ੍ਰੈਸ ਕਰਦੇ ਜਾਵਾਂਗੇ। ਇਸ ਤੋਂ ਇਲਾਵਾ ਪੱਗ ਬੰਨਣ ਦੌਰਾਨ ਤੁਹਾਨੂੰ ਵੀ ਜੇਕਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਾਂ ਉੱਪਰ ਦਿੱਤੀ ਗਈ ਇੰਸਟਾਗ੍ਰਾਮ ਆਈ ਡੀ 'ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਔਰ ਜਲਦੀ ਤੋਂ ਜਲਦੀ ਅਸੀਂ ਉਸ ਟੋਪਿਕ ਦੇ ਉੱਤੇ ਜ਼ਰੂਰ ਵੀਡੀਓ ਪਾਵਾਂਗੇ। ਤੁਸੀਂ ਦੇਖ ਸਕਦੇ ਹੋ ਕਿ ਪਿੰਚ ਕਰਕੇ ਆਪਾਂ ਹਲਕਾ ਹਲਕਾ ਜੋ ਕਿ ਅਤੇ ਵੱਟ ਪਾਵਾਂਗੇ ਔਰ ਵੱਟ ਪਾਉਣ ਦੇ ਟਾਈਮ ਇੱਕ ਗੱਲ ਹੋਰ ਵੀ ਧਿਆਨ ਵਿੱਚ ਰੱਖੀ ਜਾਵੇ ਕਿ ਜਦੋਂ ਲੜ ਨੂੰ ਆਪਾਂ ਫਰੰਟ ਤੋਂ ਥੱਲਿਓਂ ਇਕੱਠਾ ਕਰਦੇ ਹਾਂ ਅਤੇ ਉੱਪਰੋਂ ਵੀ ਥੋੜ੍ਹਾ ਜਿਹਾ ਹਲਕਾ ਜਿਹਾ ਮੋੜਾਂਗੇ ਤਾਂ ਕਿ ਵਧੀਆ ਸ਼ੇਪ ਆ ਜੋ ਪੱਗ ਦੀ ਆ ਜਾਵੇਗੀ। ਪਿੰਚ ਕਰਕੇ ਜਾਂ ਬਾਜ ਦੀ ਹੈਲਪ ਦੇ ਨਾਲ ਜੋ ਕਿ ਵੱਟ ਆਪਾਂ ਸਿੱਧੇ ਕਰ ਲਵਾਂਗੇ ਔਰ ਜੋ ਕਿ ਫਰੰਟ ਤੋਂ ਨੋਕ ਆ ਉਸ ਦੀ ਜ਼ਿਆਦਾ ਜੋ ਕਿ ਔਰ ਹਲਕਾ ਹਲਕਾ ਜੋ ਕਿ ਪੱਗ ਨੂੰ ਫਰੰਟ ਤੋਂ ਪ੍ਰੈਸ ਕਰਾਂਗੇ ਤਾਂ ਕਿ ਜ਼ਿਆਦਾ ਤਿੱਖੀ ਨੋਕ ਆ ਉਹ ਨਹੀਂ ਬਣੇ ਨਾ ਹੀ ਬਣੇ। ਔਰ ਇਸ ਤੋਂ ਬਾਅਦ ਅਗਲਾ ਲੜ ਲਗਾਵਾਂਗੇ ਆਪਾਂ, ਤੁਸੀਂ ਦੇਖ ਸਕਦੇ ਹੋ। ਔਰ ਅਗਲਾ ਲੜ ਫਿਰ ਪਹਿਲਾਂ ਦੇ ਵਾਂਗ ਹੀ ਆਪਾਂ ਜੋ ਕਿ ਹਰੇਕ ਵੀਡੀਓ ਦੇ ਵਿੱਚ ਵੀ ਦੱਸਦੇ ਹਾਂ ਉਸੇ ਤਰੀਕੇ ਦੇ ਨਾਲ ਲਗਾਵਾਂਗੇ। ਔਰ ਜੇਕਰ ਤੁਸੀਂ ਹੋਰ ਵੀ ਵੀਡੀਓ ਪੱਗ ਦੇ ਰਿਲੇਟਡ ਦੇਖਣੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਔਰ ਨਾਲ ਦੀ ਨਾਲ ਬੈੱਲ ਆਈਕਨ ਵੀ ਜ਼ਰੂਰ ਦਬਾਓ ਤਾਂ ਕਿ ਹਰੇਕ ਵੀਡੀਓ ਦਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਜੋ ਤੁਹਾਡੇ ਤੱਕ ਪਹੁੰਚ ਸਕੇ। ਔਰ ਲਾਸਟ ਲੜ ਇਸ ਟਾਈਮ ਲੱਗ ਰਿਹਾ ਹੈਗਾ ਔਰ ਲਾਸਟ ਲੜ ਲਗਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਪੱਗ ਦੀ ਸ਼ੇਪ ਆ ਜੋ ਬਹੁਤ ਹੀ ਵਧੀਆ ਤਰੀਕੇ ਨਾਲ ਗੋਲ ਇੱਕ ਹਿਸਾਬ ਦੀ ਬਣ ਚੁੱਕੀ ਆ। ਔਰ ਹਲਕਾ ਹਲਕਾ ਆਪਾਂ ਪਿੰਚ ਕਰਕੇ ਜੋ ਕਿ ਵੱਟ ਆ ਉਹ ਸਹੀ ਕਰਾਂਗੇ ਫਰੰਟ ਤੋਂ ਹਲਕਾ ਜਿਹਾ ਦੱਬ ਕੇ ਔਰ ਬਾਅਦ ਦੇ ਵਿੱਚ ਜੋ ਕਿ ਲਾਸਟ ਲੜ ਆ ਉਹ ਆਪਾਂ ਬਿਲਕੁਲ ਸਿੱਧਾ ਸਿੱਧੇ ਤਾਂ ਸਿੱਧਾ ਹੀ ਲਾਸਟ ਲੜ ਲਗਾਵਾਂਗੇ। ਔਰ ਤੁਸੀਂ ਦੇਖ ਸਕਦੇ ਹੋ ਦੋਵੇਂ ਪੱਲਿਆਂ ਨੂੰ ਅੰਦਰਲੀ ਸਾਈਡ ਮੋੜਦੇ ਹੋਏ ਉੱਪਰਲੀ ਸਾਈਡ ਕਰਕੇ ਇਕੱਠੇ ਔਰ ਆਪਾਂ ਹਲਕੇ ਹਲਕੇ ਬਲ ਜੋ ਕਿ ਪਾਵਾਂਗੇ ਔਰ ਬਲ ਪਾਉਣ ਤੋਂ ਬਾਅਦ ਬਿਲਕੁਲ ਸਿੱਧਾ ਲਾੜਾ ਜੋ ਕਿ ਆਪਾਂ ਲਗਾ ਦੇਵਾਂਗੇ।
ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆਪਾਂ ਲੜਨ ਲਗਾਉਣਾ। ਹਲਕੇ ਹਲਕੇ ਬੱਟ ਪਾ ਕੇ ਬਿਲਕੁਲ ਗੋਲ, ਜੋ ਕਿ ਪੱਗ ਦੀ ਸ਼ੇਪ ਇਸ ਟਾਈਮ ਬਣ ਚੁੱਕੀ ਹੈ। ਔਰ ਲਾਸਟ ਲੜ ਆਪਾਂ ਲਗਾ ਚੁੱਕੇ ਹਾਂ, ਔਰ ਇਸ ਤੋਂ ਬਾਅਦ ਜੋ ਕਿ ਸਭ ਤੋਂ ਪਹਿਲਾਂ ਲੜ ਲਗਾਇਆ ਸੀ, ਉਸਦੇ ਨਾਲ ਆਪਾਂ ਸਿਰ ਕਵਰ ਕਰਾਂਗੇ। ਔਰ ਸਿਰ ਕਵਰ ਕਰਨ ਤੋਂ ਬਾਅਦ ਜੋ ਕਿ ਪ੍ਰੋਪਰ ਪੱਗ ਆਪਣੀ ਬੰਨੀ ਜਾਵੇਗੀ। ਔਰ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ, ਔਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਔਰ ਮਿਲਦੇ ਹਾਂ ਜਲਦ ਨਵੀਂ ਵੀਡੀਓ ਦੇ ਨਾਲ। ਧੰਨਵਾਦ।